भवानीगढ़ के दशमेश नगर में आज उस वक्त अफरा तफरी मच गई जब एक मोहल्ले में बिजली सप्लाई के लिए लगे 20 से ज्यादा मीटरों को अचानक आग लग गई। देखते ही देखते सारे मीटर जलकर राख हो गए। मोहल्ला निवासियों ने इसकी सूचना बिजली बोर्ड कार्यालय के एसडीओ को दी। जब तक वो अपने कर्मचारियों को लेकर यहाँ पहुँचे उस वक्त सारे मीटर जलकर राख हो गए थे। बिजली बोर्ड के एसडीओ रवि चौहान ने कहा कि हम इन मीटरों की बड़ी गहराई से जांच कर रहे हैं कि आखिर इन्हें कैसे आग लगी है, क्योंकि इस हल्ले में पहले बिजली चोरी के कई केस भी पकड़े जा चुके हैं। बिजली बोर्ड के एसडीओ रवि चौहान ने कहा कि इसमें शायद कोई बिजली चोरों का भी हाथ हो सकता है, हम इसकी जाँच कर रहे हैं। भवानीगढ़ से ब्यूरो रिपोर्ट, आजाद टीवी न्यूज। ਮੈਨੂੰ ਆਵਾਜ਼ ਮਾਰੀ, ਬੋਲਾ ਅੰਕਲ ਮੀਟਰ ਧੂੰਆਂ ਨਿਕਲਣ ਲੱਗ ਗਿਆ, ਦੇਖੋ ਫੋਨ ਕਰੋ। ਫੋਨ ਨੰਬਰ ਮੇਰੇ ਕੋਲ ਬਿਜਲੀ ਵਾਲਾ ਆਇਆ ਸੀ ਕੋਈ। ਮੈਂ ਕਿਹਾ ਬੇਟਾ ਮੇਰੇ ਕੋਲ ਤਾਂ ਫੋਨ ਹੈ ਨਹੀਂ, ਕੋਈ ਕਿਹਨੂੰ ਕਰਾਂ ਫੋਨ ਹੈ। ਅਤੇ ਪੜੋਸੀ ਨੂੰ ਜਾ ਕੇ ਦੱਸ ਉੱਧਰ ਸਾਰੇ, ਉਹਨਾਂ ਨੇ ਟਰਾਈ ਕੀਤੀ, ਕਾਫੀ ਦੇਰ ਤੱਕ ਫੋਨ ਮਿਲਿਆ ਨਹੀਂ। ਬਾਅਦ ਫੋਨ ਮਿਲਿਆ, ਫਿਰ ਗੱਲ ਹੋਈ, ਫਿਰ ਦੱਸਿਆ ਉਹਨਾਂ ਨੂੰ ਸਾਰੇ ਇਕੱਠੇ ਹੋ ਕੇ ਆਏ ਇੱਥੇ। ਉਹਨਾਂ ਨੇ ਆ ਕੇ ਦੇਖਿਆ ਮੈਂ ਸਾਰਾ ਮਾਮਲਾ ਖਤਮ ਹੋ ਗਿਆ ਸੀ, 12 ਮੀਟਰ ਜੜ ਕੇ ਸੁਆਹ ਗਏ ਸੀ। ਦੇਖੋ ਜੀ, ਅਸੀਂ ਤਾਂ 12 ਵਜੇ ਇੱਥੇ ਜਦੋਂ ਆਵਾਜ਼ ਸੁਣੀ ਰੋਲੇ ਦੀ, ਅਸੀਂ ਉਸ ਟਾਈਮ 12:15 ਦੇ ਟਾਈਮ ਇੱਥੇ ਪੂਰੀ ਅੱਗ ਇੱਥੇ ਲੱਗ ਰਹੀ ਸੀ। ਹਾਂਜੀ, ਅਤੇ ਇੰਨੇ ਨੂੰ ਸਾਨੂੰ ਅਜੇ ਕੋਈ ਸੁੱਝਿਆ ਨਹੀਂ ਸੀ, ਫੋਨ ਵਗੈਰਾ ਟਰਾਈ ਕਰਿਆ, ਫੋਨ ਨਹੀਂ ਲੱਗਿਆ। ਅਤੇ ਜਦ ਤੱਕ ਕੋਈ ਆਇਆ ਤਾਂ ਬੁਰੀ ਤਰ੍ਹਾਂ ਸੜ ਚੁੱਕਿਆ ਸੀ ਸਾਰੇ 12 ਮੀਟਰ। ਸੁਣਨ 'ਚ ਆ ਰਹੇ ਭਵਾਨੀਗੜ੍ਹ ਪਬਲਿਕ ਸਕੂਲ ਦੇ ਨੀਅਰ ਬਾਈ ਵਿਅਕਤੀ। ਅਤੇ ਕਿੰਨੇ ਕੁ ਮੀਟਰ ਹੋ ਗਏ ਜੀ? ਇਹ ਤਕਰੀਬਨ ਆਈਡੀਆ 15-20 ਦੇ ਵਿੱਚ ਲੱਗਦੇ ਆ, ਜੋ ਸੁਣਨ 'ਚ। ਕਿੰਨਾ ਕੁ ਨੁਕਸਾਨ ਹੈ ਜੀ ਬਿਜਲੀ ਬੋਰਡ ਦਾ? ਬਿਜਲੀ ਬੋਰਡ ਦਾ ਨੁਕਸਾਨ ਬਾਰੇ ਤਾਂ ਇਨਕੁਆਇਰੀ ਤੋਂ ਬਾਅਦ ਹੀ ਦੱਸ ਸਕਦੇ ਹਾਂ ਆਪਾਂ ਕਲੀਅਰ ਕੁਛ। ਅਤੇ ਕੁਛ ਚੋਰਾਂ ਵੱਲੋਂ ਵੀ ਸ਼ਰਾਰਤ ਹੋ ਸਕਦਾ ਜਿਹੜੇ ਬਿਜਲੀ ਬੋਰਡ ਚੋਰੀ ਕਰਦੇ ਆ? ਹਾਂਜੀ ਹਾਂਜੀ, ਪਿੱਛੇ ਕੁਛ ਧਿਆਨ 'ਚ ਆਇਆ ਵੀ ਮੀਟਰ ਚੋਰੀ ਕਰ ਰਹੇ ਆ ਕੁਛ।